ਪਟਿਆਲਾ ਵਿੱਚ ਇੱਕ ਪ੍ਰੋਗਰਾਮ ਦੇ ਉਦਘਾਟਨ ਕਰਨ ਦੇ ਮੌਕੇ ਪੰਜਾਬ ਦੇ ਚੀਫ ਮਿਨਿਸਟਰ ਅਮਰਿੰਦਰ ਸਿੰਘ ਦੇ ਧਰਮ ਪਤਨੀ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਅੰਮ੍ਰਿਤਸਰ ਵਿਖੇ ਹੋਏ ਬੰਬ ਧਮਾਕੇ ਉੱਪਰ ਬੋਲਦੇ ਕਿਹਾ ਕਿ ਇਹ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜਿਸ਼ ਹੈ ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਅਤੇ ਪੂਰਾ ਨਹੀਂ ਹੋ ਦਿੱਤਾ ਜਾਵੇਗਾ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ 'ਚ ਲੱਗੀਆਂ ਇਹ ਵਿਰੋਧੀ ਤਾਕਤਾਂ ਨੂੰ ਜਲਦ ਗ੍ਰਿਫਤਾਰ ਪੰਜਾਬ ਦੇ ਵਿੱਚ ਹਾਈ ਅਲਰਟ ਦੇ ਬਾਵਜੂਦ ਵੀ ਟੈਰਰਿਸਟ ਵੱਲੋਂ ਅਟੈਕ ਕੀਤਾ ਗਿਆ ਮਾਨਿਲ ਸਾਹਿਬ ਕੁਝ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਬਹੁਤ ਬੁਰੀ ਗੱਲ ਹੋਈ ਹੈ ਔਰ ਇਸਦਾ ਸੀਐਮ ਸਾਹਿਬ ਨੇ ਵੀ ਕਿਹਾ ਕਿ ਅਸੀਂ ਬਿਲਕੁਲ ਆਪਣਾ ਜਿਹੜਾ ਵਾਤਾਵਰਨ ਉਹ ਖਰਾਬ ਹੋਣ ਨਹੀਂ ਦੇਵਾਂਗੇ ਇਹਦਾ ਜੋ ਵੀ ਰਿਸਪੋਂਸੀਬਲ ਹੋਊਗਾ ਜਲਦ ਤੋਂ ਜਲਦ ਮਾਨਿਲ ਸਾਹਿਬ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੀ ਇੱਦਾਂ ਦੇ ਅਟੈਕ ਹੋ ਰਹੇ ਜੀ ਹਾਂਜੀ ਬਿਲਕੁਲ ਪੰਜਾਬ ਦੇ ਮਾਹੌਲ ਖਰਾਬ ਕਰਨ ਲਈ ਇਹ ਜਿਹੇ ਅਟੈਕ ਹੋ ਰਹੇ ਨੇ ਖਰਾਬ ਦੇ ਅਟੈਕ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਪਟਿਆਲੇ ਦੇ ਵਿੱਚ ਜਿਹੜਾ ਹੋਣ ਵਾਲਾ ਸੀ ਉਹ ਫੜਿਆ ਗਿਆ ਔਰ ਪਟਿਆਲਾ ਬਚ ਗਿਆ ਜੇਕਰ ਅਮਰੀਤ ਬਿੱਟੂ ਵਾਲਾ ਬਿਆਨ ਆਇਆ ਜਿਹੜਾ ਬਰਗਾੜ ਦੇ ਵਿੱਚ ਬੈਠੇ ਨੇ ਜੀ ਉਹ ਏਜੰਟ ਨੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨੂੰ ਬਿੱਟੂ ਨੂੰ ਪੁੱਛੋ ਜਿਸਨੇ ਇਹ ਸਟੇਟਮੈਂਟ ਕੀਤੀ ਪੰਜਾਬ ਅਤੇ ਪੰਜਾਬੀਅਤ ਸੰਬੰਧੀ ਹੋਰ ਮਹੱਤਵਪੂਰਨ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬ ਨਿਊਜ਼।